गुरु प्यारो ए जेड़े पवित्र स्थान दे तुसी हुण दर्शन कर रहे हो ए कोई आम स्थान नहीं है। ए दसवें पातशाह श्री गुरु गोबिंद सिंह जी दा घर है श्री आनंदपुर साहिब विखे। इस घर च दसवें पातशाह ने अपने पूरे परिवार समेत करीब 29-30 साल का समा बतीत किया। इसे घर दे विच दसवें पातशाह दे तीन छोटे साहिबजादियां दा जन्म होया। इसे स्थान ते दसम पिता ने गुरगद्दी संभाली, ओ स्थान भी इसे घर दे अंदर मौजूद है। नौवें पातशाह श्री गुरु तेग बहादुर जी दे कोल कश्मीरी पंडित अपने धर्म दी राखी दे लई अपील लेके आउंदे ने। ओ भी स्थान गुरद्वारा थड़ा साहब इसे घर दे अंदर मौजूद है। इसे घर दे अंदर इसे गुरद्वारा साहिब दे अंदर गुरद्वारा भोरा साहिब है जिथे नौवें पातशाह श्री गुरु तेग बहादुर जी तप करदे सी। इस पवित्र स्थान दे तुसी दर्शन कर रहे हो। गुरुद्वारा गुरु के महल यानी दसवें पातशाह दा घर। इस घर च दसवें पातशाह गुरु के लाल माता गुजर कौर गुरु के महल सारा परिवार इस घर च रहिंदा सी। ਤਾਂ ਆਹ ਜਿਹੜਾ ਪਵਿੱਤਰ ਸਥਾਨ ਹੈ ਜਿਹਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਹ ਉਹ ਥੜਾ ਸਾਹਿਬ ਹੈ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੈਠੇ ਸੀ ਤਾਂ ਇੱਥੇ ਆ ਕੇ ਹੀ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ਧਰਮ ਦੀ ਰਾਖੀ ਕਰੋ। ਤਾਂ ਉਦੋਂ ਇਸੇ ਥੜੇ ਤੇ ਗੁਰੂ ਸਾਹਿਬ ਦੇ ਕੋਲ ਆ ਕੇ ਉਹਨਾਂ ਨੇ ਬੇਨਤੀ ਕੀਤੀ ਔਰ ਇੱਥੋਂ ਹੀ ਗੁਰੂ ਸਾਹਿਬ ਸ਼ਹਾਦਤ ਦੇ ਲਈ ਗਏ ਸੀ ਗੁਰਦੁਆਰਾ ਥੜਾ ਸਾਹਿਬ। ਹੁਣ ਇਸ ਜਗ੍ਹਾ ਤੇ ਸੁਸ਼ੋਭਿਤ ਹੈ ਜੀ, ਤੁਸੀਂ ਇਹਦੇ ਦਰਸ਼ਨ ਕਰੋ। ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ, ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਹੈ ਇਹ। ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੌਂਟਾ ਸਾਹਿਬ ਵਿਖੇ ਹੋਇਆ ਸੀ ਤੇ ਤਿੰਨਾਂ ਛੋਟੇ ਸਾਹਿਬਜ਼ਾਦਿਆਂ ਦਾ ਜਨਮ ਇੱਥੇ ਹੋਇਆ। ਤਾਂ ਹੁਣ ਆਹ ਹੋਰ ਪਵਿੱਤਰ ਸਥਾਨ ਦੇਖੋ, ਇਹਦੇ ਦਰਸ਼ਨ ਕਰੋ। ਗੁਰਿਆਈ ਸਥਾਨ ਹੈ ਜੀ ਇਹ, ਗੁਰਿਆਈ ਅਸਥਾਨ ਯਾਨੀ ਜਿੱਥੇ ਦਸਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਸੰਭਾਲੀ, ਇਹ ਉਹ ਪਵਿੱਤਰ ਸਥਾਨ ਹੈ। ਤਾਂ ਕਰਮ ਵਾਲਿਓ, ਇਹ ਸਾਡੇ ਧਰਮ ਦਾ ਉਹ ਕੀਮਤੀ ਸਰਮਾਇਆ ਜਿਹਦੇ ਦਰਸ਼ਨ ਸਾਨੂੰ ਕਰਮ ਨਾਲ ਨਸੀਬ ਹੁੰਦੇ ਆ। ਤਾਂ ਇਸ ਅਸਥਾਨ ਤੇ ਦਸਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਸੰਭਾਲੀ, ਜ਼ਿੰਮੇਵਾਰੀ ਸੰਭਾਲੀ ਔਰ ਹੁਣ ਇਸ ਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ, ਹਾਲਾਂਕਿ ਸਾਰੇ ਅਸਥਾਨਾਂ ਤੇ ਹੁਣ ਗੁਰਦੁਆਰਾ ਸਾਹਿਬ ਨੇ, ਸਾਰੇ ਅਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਦੇਖੋ ਤੁਸੀਂ ਇਸ ਪਵਿੱਤਰ ਧਰਤੀ, ਇਹ ਗੁਰੂ ਕੇ ਮਹਿਲ ਦਾ ਬਾਕੀ ਸਾਰਾ ਆਸਾ ਪਾਸਾ, ਕਿਉਂਕਿ ਹੁਣ ਨਵੀਨੀਕਰਨ ਹੋਇਆ ਵਾ ਜੀ, ਗੁਰਦੁਆਰਾ ਸਾਹਿਬ ਬਣਾ ਦਿੱਤੇ ਗਏ ਨੇ ਔਰ ਬਹੁਤ ਸੰਭਾਲ ਕੇ ਰੱਖਿਆ ਗਿਆ ਸਥਾਨ। ਤਾਂ ਤੁਸੀਂ ਦਰਸ਼ਨ ਕਰ ਰਹੇ ਹੋ। ਇਹ ਆਨੰਦਪੁਰ ਸਾਹਿਬ ਜਦੋਂ ਤੁਸੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਦੇ ਜੋ ਢਲਾਣ ਚੜ੍ਹਦੇ ਹੋ ਤਾਂ ਖੱਬੇ ਹੱਥ ਵਾਲੇ ਪਾਸੇ ਇਹ ਗੁਰੂ ਕੇ ਮਹਿਲ ਹੈਗੇ ਨੇ, ਯਾਨੀ ਕਿ ਦਸਵੇਂ ਪਾਤਸ਼ਾਹ ਦਾ ਇਹ ਘਰ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਇੱਥੇ ਘਰ ਦਾ ਨਿਰਮਾਣ ਕਰਾਇਆ ਸੀ। ਇਹ ਜਗ੍ਹਾ ਮੁੱਲ ਖਰੀਦ ਕੇ ਉਹਨਾਂ ਨੇ ਜਗ੍ਹਾ ਮੁੱਲ ਖਰੀਦ ਕੀਤੀ ਤੇ ਫਿਰ ਇੱਥੇ ਘਰ ਬਣਾਇਆ ਤੇ ਕਰੀਬ 29-30 ਸਾਲ ਦਸਵੇਂ ਪਾਤਸ਼ਾਹ ਪਰਿਵਾਰ ਸਮੇਤ ਇੱਥੇ ਰਹਿੰਦੇ ਰਹੇ। ਤਾਂ ਆਹ ਹੁਣ ਆਪਾਂ ਫਿਰ ਉੱਥੇ ਆ ਗਏ ਹਾਂ ਜੀ, ਸਾਹਮਣੇ ਜਿਹੜਾ ਬਿਲਕੁਲ ਗੇਟ ਦੇ ਅੰਦਰ ਵੜਦੇ ਹਾਂ ਗੁਰਦੁਆਰਾ ਸਾਹਿਬ। ਤਾਂ ਜਦੋਂ ਤੁਸੀਂ ਇਹਦੇ ਅੰਦਰ ਜਾਂਦੇ ਹੋ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ, ਇੱਥੇ ਨਤਮਸਤਕ ਹੋ ਕੇ ਸੀਸ ਝੁਕਾ ਕੇ ਉਸ ਤੋਂ ਬਾਅਦ ਤੁਹਾਨੂੰ ਉਹ ਪਵਿੱਤਰ ਸਥਾਨ ਦਿਖਾਉਣਾ ਹੈ ਭੋਰਾ ਸਾਹਿਬ। ਇਹ ਖੱਬੇ ਹੱਥ ਜਦੋਂ ਤੁਸੀਂ ਜਾਂਦੇ ਹੋ ਤਾਂ ਸਾਹਮਣੇ ਆਹ ਭੋਰਾ ਸਾਹਿਬ ਦੀਆਂ ਪੌੜੀਆਂ ਉਤਰਨਗੀਆਂ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤਪ ਕਰਦੇ ਸੀ, ਉਸ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਸੀ। ਆਹ ਭੋਰਾ ਸਾਹਿਬ ਚ ਆ ਗਏ ਜੀ, ਹੁਣ ਤੁਸੀਂ ਦਰਸ਼ਨ ਕਰ ਲਓ ਪਵਿੱਤਰ ਭੋਰਾ ਸਾਹਿਬ। ਇੱਥੇ ਤੁਸੀਂ ਸਾਹਮਣੇ ਦੇਖੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ। ਇਸ ਪਵਿੱਤਰ ਸਥਾਨ ਤੇ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਬੈਠ ਕੇ ਤਪ ਕਰਦੇ ਰਹੇ ਆ। ਤਾਂ ਇਹ ਸਰਮਾਇਆ ਸਾਡਾ, ਇਹ ਸਾਡਾ ਇਤਿਹਾਸ ਹੈ। ਦਰਸ਼ਨ ਕਰੋ। ਤਾਂ ਇਹ ਦਸਵੇਂ ਪਾਤਸ਼ਾਹ ਦਾ ਘਰ ਹੈ ਜੀ। ਮੈਨੂੰ ਮੇਰੇ ਕਰਮਾਂ ਚ ਮੈਨੂੰ ਮੌਕਾ ਮਿਲਿਆ ਦਰਸ਼ਨ ਕਰਨ ਦਾ, ਤਾਂ ਮੈਂ ਚਾਹੁੰਦਾ ਸਾਰੀ ਸੰਗਤ ਜਾ ਕੇ ਦਰਸ਼ਨ ਕਰਕੇ ਆਵੇ।
जे कोई नहीं जा सकता तो इथों इस वीडियो राही दर्शन कर सकता है जी। पर ये साड़ी कौम का सरमाया इस मिट्टी के जर्रे जर्रे च किण किण च तस्वें पातशाह का वासा है। श्री वाहिगुरु जी का खालसा, श्री वाहिगुरु जी की फतेह।